ਇਮੀਜ਼ਨ ਕੈਨੇਡਾ ਚੈਨਲ ਤੇ ਸਭ ਦੋਸਤਾਂ ਦਾ ਸਵਾਗਤ ਹੈ ਬਹੁਤ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਨਵੀਂ ਇਮੀਗ੍ਰੇਸ਼ਨ ਪਾਲਿਸੀ ਜੋ ਕਿ 30 ਅਕਤੂਬਰ 2020 یعنی کہ ਅੱਜ ਦੇ ਦਿਨ ਇਮੀਗ੍ਰੇਸ਼ਨ ਕੈਨੇਡਾ گورਨਮੈਂਟ ਆਫ ਕੈਨੇਡਾ ਦੇ ਵੱਲੋਂ ਸਭ ਲੋਕਾਂ ਦੇ ਸਾਹਮਣੇ ਰੱਖੀ ਜਾਣੀ ਸੀ ਅੱਜ ਇਸ ਦੇ ਉੱਪਰ ਇਮੀਗ੍ਰੇਸ਼ਨ ਮਿਨਿਸਟਰ ਮਾਰਕੋ ਮੈਂਡੀਸੀਨੋ ਨੇ ਨਵੀਂ ਇਮੀਗ੍ਰੇਸ਼ਨ ਪਾਲਿਸੀ ਪ੍ਰੈਸ ਦੇ ਸਾਹਮਣੇ ਰੱਖੀ ਇਸ ਨਵੀਂ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ گورਨਮੈਂਟ ਵੱਲੋਂ ਇਹ ਕਿਹਾ ਗਿਆ ਕਿ ਟੋਟਲ ਪੋਪੂਲੇਸ਼ਨ ਦੇ 1% ਦੇ ਹਿਸਾਬ ਦੇ ਨਾਲ ਆਉਣ ਵਾਲੇ ਸਾਲਾਂ ਦੇ ਵਿੱਚ ਜਾਨੀ ਕਿ 2021 ਦੇ ਵਿੱਚ ਤਕਰੀਬਨ 4 ਲੱਖ ਪਰਮਨੈਂਟ ਰੈਜ਼ੀਡੈਂਟਸ ਨੂੰ ਕੈਨੇਡਾ ਦੇ ਵਿੱਚ ਬੁਲਾਇਆ ਜਾਵੇਗਾ ਔਰ ਇਸੇ ਤਰੀਕੇ ਦੇ ਨਾਲ 411000 ਲੋਕਾਂ ਨੂੰ 2022 ਦੇ ਵਿੱਚ ਔਰ ਉਸ ਤੋਂ ਬਾਅਦ 2023 ਦੇ ਵਿੱਚ 421000 ਲੋਕਾਂ ਨੂੰ ਬੁਲਾਇਆ ਜਾਵੇਗਾ ਪਹਿਲਾਂ ਪਿਛਲੇ ਸਾਲਾਂ ਦੇ ਅਗਰ ਅਸੀਂ ਪਲਾਨਸ ਦੀ ਗੱਲ ਕਰੀਏ ਤਾਂ 2021 ਦੇ ਵਿੱਚ ਤਕਰੀਬਨ ਸਾਢੇ 3 ਲੱਖ ਬੰਦਾ ਬੁਲਾਇਆ ਜਾਣਾ ਸੀ ਪਰ ਹੁਣ ਇਹਨਾਂ ਨੇ ਕਿਉਂਕਿ ਕੋਵਿਡ-19 ਦੇ ਕਰਕੇ 2020 ਦੇ ਵਿੱਚ ਬਹੁਤ ਘਟੇ ਇਮੀਗ੍ਰੇਸ਼ਨ ਕੈਨੇਡਾ ਦੇ ਵਿੱਚ ਹੋਈ ਹੈ ਇਸ ਕਰਕੇ ਨੰਬਰ ਆਫ ਪਰਮਨੈਂਟ ਰੈਜ਼ੀਡੈਂਟਸ অর ਇਮੀਗ੍ਰੈਂਟਸ ਨੂੰ ਵਧਾ ਕੇ 4 ਲੱਖ ਕਰ ਦਿੱਤਾ ਗਿਆ ਹੈ ਗਵਰਨਮੈਂਟ ਵੱਲੋਂ ਵੱਖਰੇ ਵੱਖਰੇ ਆਧਾਰਾਂ ਤੇ ਜਿਹਦੇ ਵਿੱਚ ਸਪੈਸ਼ਲੀ ਇਕਨੋਮਿਕ growth ਦੀ ਗੱਲ ਕੀਤੀ ਗਈ ਹੈ ਕਿ ਅਸੀਂ ਇਕਨੋਮਿਕ ਕਲਾਸ ਦੇ ਵਿੱਚ ਮਾਈਗ੍ਰੈਂਟਸ ਨੂੰ ਵੱਧ ਤੋਂ ਵੱਧ ਬੁਲਾਵਾਂਗੇ ਜਿਹਦੇ ਨਾਲ ਦੇਸ਼ ਦੇ ਆਰਥਿਕਤਾ ਤੇ ਚੰਗਾ ਪ੍ਰਭਾਵ ਪਵੇ ਇਮੀਗ੍ਰੇਸ਼ਨ ਮਿਨਿਸਟਰ ਨੇ ਕਿਹਾ ਕਿ 60% ਲੋਕ ਹੈ ਜਿਹੜੇ ਇਕਨੋਮਿਕ ਕਲਾਸ ਦੇ ਵਿੱਚ ਬੁਲਾਏ ਜਾਣਗੇ ਕਹਿੰਦਾ ਭਾਵ ਹੈ ਇਹ ਪੀ ਐਨ ਪੀ ਕੇਸਸ ਐਕਸਪ੍ਰੈਸ ਸੈਂਟ੍ਰਿਕ اور ਡਿਫਰੈਂਟ ਪਾਇਲਟ ਪ੍ਰੋਗਰਾਮਸ ਦੇ ਵਿੱਚ 60% ਦੇ ਕਰੀਬ ਲੋਕ ਬੁਲਾਏ ਜਾਣਗੇ ਹੁਣ ਅਸੀਂ ਇਹਦੇ ਤੇ ਵਿਚਾਰ ਕਰਦੇ ਹਾਂ ਕਿ ਇਸ ਪਾਲਿਸੀ ਦਾ ਕੀ ਪ੍ਰਭਾਵ ਉਹਨਾਂ ਲੋਕਾਂ ਤੇ ਪਵੇਗਾ ਸਾਡੇ ਉਹਨਾਂ ਦੋਸਤਾਂ ਤੇ ਪਵੇਗਾ ਜਿਹੜੇ ਆਪਣੇ ਆਪਣੇ ਦੇਸ਼ 'ਚ ਬੈਠੇ ਇਸ ਗੱਲ ਦਾ ਸੁਪਨਾ ਦੇਖਦੇ ਆ ਕਿ ਅਸੀਂ ਕੈਨੇਡਾ ਕਦੋਂ ਜਾਵਾਂਗੇ ਸਿੱਧੇ ਤੌਰ ਤੇ ਮੈਂ ਇਹ ਕਹਿ ਦੇਣਾ ਚਾਹਣਾ ਹਾਂ ਕਿ ਇਹ ਦਿਨੇ ਸੁਪਨੇ ਵਿਖਾਉਣ ਵਾਲੀ ਪਾਲਸੀ ਹੈ ਇਹਦੇ ਵਿੱਚ ਤੇ ਪਹਿਲਾਂ ਵਾਲੀਆਂ ਪਾਲਸੀਆਂ ਚ ਕੋਈ ਫਰਕ ਨਹੀਂ ਪਿਛਲੇ 100 ਸਾਲ ਦੇ ਵਿੱਚ ਕਦੇ ਵੀ ਇਮੀਗ੍ਰੇਸ਼ਨ ਦਾ ਟਾਰਗੇਟ ਪੂਰਾ ਨਹੀਂ ਹੋਇਆ ਔਰ ਹੁਣ ਟਾਰਗੇਟ 4 ਲੱਖ ਬੰਦੇ ਨੂੰ ਬੁਲਾਉਣ ਦਾ ਰੱਖ ਦਿੱਤਾ ਗਿਆ ਤੇ ਪੂਰਾ ਇਹ ਵੀ ਨਹੀਂ ਹੋਣਾ ਕਿਉਂ ਕਿ ਕਿਉਂਕਿ ਸਿਸਟਮ ਉਹੀ ਹੈ ਐਕਸਪ੍ਰੈਸ ਐਂਟਰੀ ਦੇ ਵਿੱਚ ਤੁਸੀਂ 877 ਬੈਂਡ ਲਾਓ ਜਾਂ ਤੁਸੀਂ ਫ੍ਰੈਂਚ ਸਪੀਕਿੰਗ ਕੈਂਡੀਡੇਟ ਹੋਵੋ ਜਿਹੜੇ ਲੋਕ ਪਹਿਲਾਂ ਵਰਕ ਪਰਮਿਟ ਤੇ ਕੈਨੇਡਾ ਦੇ ਵਿੱਚ ਆ ਜਾਂਦੇ ਸੀ ਕਿਉਂਕਿ ਆਲਰੇਡੀ ਕੈਨੇਡੀਅਨਸ ਦੇ ਲਈ ਹੀ ਜੋਬਸ ਹਨੇਗੀਆਂ ਤਾਂ ਬਾਹਰੋਂ ਆਉਣ ਵਾਲੇ ਬੰਦਿਆਂ ਦੇ ਲਈ ਐਲ ਐਮ ਆਈਸ ਜਾਂ ਜੋਬ ਆਫਰਸ ਕਿੱਥੋਂ ਪੈਦਾ ਹੋਣੀਆਂ ਇਹ ਤੁਸੀਂ ਭਲੀ ਭਾਂਤ ਸਮਝ ਸਕਦੇ ਹੋ ਔਰ ਇਹਦੇ ਨਾਲ ਹੀ ਅਸੀਂ ਇੱਕ ਐਗਜ਼ਾਮਪਲ ਕੱਲ ਹੀ ਅਲਬਰਟਾ ਦੀ ਦੇਖੀ ਹੈ ਕਿ ਆਲਰੇਡੀ ਪ੍ਰੋਸੈਸਿੰਗ ਦੇ ਵਿੱਚ ਪਈਆਂ ਹੋਈਆਂ ਆਲਰੇਡੀ ਪ੍ਰੋਸੈਸ ਹੋਈਆਂ ਹੋਈਆਂ 800 ਐਲ ਐਮ ਆਈ ਅਲਬਰਟਾ ਸਟੇਟ ਨੇ ਕੈਨਸਲ ਕਰ ਦਿੱਤੀਆਂ ਸੀ ਸੋ ਨਵੇਂ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਕੁਝ ਵੀ ਖਾਸ ਕੁਝ ਵੀ ਆਸ਼ਾਵਾਦੀ ਵੇਖਣ ਨੂੰ ਨਹੀਂ ਮਿਲੇਗਾ ਸੋ ਇਹੀ ਸਭ ਦੋਸਤਾਂ ਨੂੰ ਬੇਨਤੀ ਹੈ ਕਿ ਉਹ ਆਪਦੇ ਆਪ ਦੇ ਫੀਲਡ ਦੇ ਵਿੱਚ ਜੇ ਉਹ ਆਪ ਦਾ ਆਇਲਰਟਸ ਦਾ ਬੈਂਡ ਸਕੋਰ ਬਹੁਤ ਅੱਛਾ ਕਰ ਸਕਦੇ ਹੈ ਜੇ ਉਹ ਫ੍ਰੈਂਚ ਸਿੱਖ ਸਕਦੇ ਹੈ ਤਾਂ ਇਹਨਾਂ ਮਾਧਿਮ ਰਹੀਂ ਆਪ ਦਾ ਐਕਸਪੀਰੀਅੰਸ ਯਾਦਾ ਚੰਗਾ ਵਖਾ ਸਕਦੇ ਐ ਜਾਂ ਉਹਨਾਂ ਕੋਲੇ ਇਨਵੈਸਟ ਕਰਨ ਦੇ ਲਈ ਪੈਸੇ ਹੈ ਤਾਂ ਇਹਨਾਂ ਤਰੀਕਿਆਂ ਦੇ ਨਾਲ ਕੈਨੇਡਾ ਦੇ ਵਿੱਚ ਜਲਦੀ ਆ ਸਕਦੇ ਐ ਆਦਰਵਾਇਸ ਕੋਵਿਡ-19 ਦਾ ਖਤਮਾ ਹਜੇ ਜਲਦ ਹਾਲਾਤਾਂ ਦੇ ਵਿੱਚ ਨਹੀਂ ਹੋਵੇਗਾ ਸੋ ਵਿਜ਼ਟਰ ਵੀਜ਼ੇ ਤੇ ਆਉਣ ਵਾਲੇ ਲੋਕਾਂ ਲਈ ਆਲਮੋਸਟ ਪਾਬੰਦੀ ਹੈ ਔਰ 2021 ਦੇ ਵਿੱਚ ਵੀ ਇਹਦੇ ਰਸਤਾ ਖੁੱਲਣ ਦਾ ਕੋਈ ਅਸਾਰ ਨਜ਼ਰ ਨਹੀਂ ਆ ਰਿਹਾ ਕਿਉਂਕਿ ਹਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਵੈਕਸੀਨ ਵੀ ਨਹੀਂ ਆਈ ਔਰ ਅਗਰ ਵੈਕਸੀਨ ਆ ਵੀ ਜਾਂਦੀ ਹੈ ਫਿਰ ਵੀ ਆਲਮੋਸਟ 6 ਮਹੀਨੇ 8 ਮਹੀਨੇ ਲੋਕਾਂ ਤੱਕ ਆਮ ਲੋਕਾਂ ਤੱਕ ਪਹੁੰਚਣ ਨੂੰ ਲੱਗ ਜਾਣੇ ਹਨ ਸੋ ਵਿਜ਼ਟਰ ਵੀਜ਼ੇ ਵਾਲੀ ਗੱਲ ਖਤਮ ਹੈ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਫਾਈਲਾਂ ਦੇ ਵਿੱਚ ਉਹਨਾਂ ਦੇ ਵੀਜ਼ਿਆਂ ਦੇ ਵਿੱਚ ਵਾਅਦਾ ਹੋ ਸਕਦਾ ਕਿਉਂਕਿ ਉਸ ਵੀਜ਼ੇ ਤੋਂ ਇੰਟਰਨੈਸ਼ਨਲ ਸਟੂਡੈਂਟਸ ਤੋਂ ਆਲਮੋਸਟ 2 ਕੀ ਬਿਲੀਅਨ ਡਾਲਰ ਦੀ ਕਮਾਈ ਹੈ ਜਿਹੜੀ ਗਵਰਨਮੈਂਟ ਨੂੰ ਹੁੰਦੀ ਹੈ ਸੋ ਇੰਟਰਨੈਸ਼ਨਲ ਸਟੂਡੈਂਟਸ ਇਸ ਗੱਲ ਲਈ ਆਸ ਰੱਖ ਸਕਦੇ ਹੈ ਕਿ ਉਹਨਾਂ ਦੇ ਵੀਜ਼ਾ ਆਉਣ ਦੀ ਗਿਣਤੀ ਹੈ ਜਿਹੜੀ ਉਹਦੇ ਵਿੱਚ ਵਾਧਾ ਹੋਵੇਗਾ ਪਰ ਪਰਿਵਾਰਾਂ ਸਮੇਤ ਆਉਣ ਵਾਲੇ ਲੋਕ ਜਿਹੜੇ ਪੱਕੇ ਤੌਰ ਤੇ ਕੈਨੇਡਾ ਦੇ ਵਿੱਚ ਆਉਣਾ ਚਾਹੁੰਦੇ ਆ ਇਕਨੋਮਿਕ ਕਲਾਸ ਦੇ ਵਿੱਚ ਵਕਰ ਵਕਰ ਪੁਆਇੰਟ ਸਿਸਟਮ ਤੇ ਉਹਨਾਂ ਲਈ ਕੋਈ ਯਾਦਾ ਖੁਸ਼ਖਬਰੀ ਇਹ ਇਮੀਗ੍ਰੇਸ਼ਨ ਪਾਲਿਸੀ ਲੈ ਕੇ ਨਹੀਂ ਆਈ ਨਵੀਆਂ ਨਵੀਆਂ ਇਮੀਗ੍ਰੇਸ਼ਨ ਅਪਡੇਟਸ ਤੇ ਲਈ ਇਮੀਗ੍ਰੇਸ਼ਨ ਨਿਊਜ਼ ਤੇ ਲਈ ਜੁੜੇ ਰਹੋ ਇਮੀਜ਼ਨ ਕੈਨੇਡਾ ਦੇ ਨਾਲ